दुकान विचों महिला ग्राहक दा पर्स चोरी करके भज रहे लुटेरे नू लोकां ने कीता काबू। काबू करके लोकां ने चंगी कीती छतर परेड। तुसी देख रहे हो द टीवी एनआरआई ते मैं हां तुहाडे नाल मनप्रीत। खबर सामने आई है कि दुकान दे विच एक ग्राहक दा महिला ग्राहक दा पर्स चोरी करके लुटेरा फरार हो जांदा है। ते जदों औरत वल्लों रौला पाया जांदा है कि उसका पर्स चोरी हो चुका है, तो इस दौरान ही लोकां दे वल्लों उस भज रहे लुटेरे नू काबू कर लिया जांदा है। ते मौके ते ही लुटेरे नू काबू करके उसकी चंगी छतर परेड की जाती है। तो आए दिन ही अजिहियां लुट खोह दीआं वारदातां अजिहियां चोरी दीआं वारदातां सामने आउंदीआं रहिंदीआं ने, जो कि काफ़ी शर्मसार करन वालीआं ते प्रशासन ते सवालिया निशान खड़ा करन वालीआं हुंदीआं ने कि आखिरकार पंजाब दे विच्चों चोरी दीआं लुट खोह दीआं वारदातां कदों बंद होणगीआं, कदों लोक जिहड़े ने सुरक्षित होणगे, कदों पंजाब दे लोक जिहड़े अपने घरां दे विच ही सुरक्षित होणगे। क्योंकि ज़्यादातर इह जिहीआं घटना भी देखण नूं मिलदीआं ने जिथे कि चोर जिहड़े ने ਘਰਾਂ ਦੇ ਵਿੱਚ ਹੀ ਦਾਖਲ ਹੋ ਕੇ ਘਰਾਂ 'ਚੋਂ ਹੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ, ਚੋਰੀ ਕਰ ਲੈਂਦੇ ਨੇ, ਅਤੇ ਬਾਅਦ ਦੇ ਵਿੱਚ ਜਦੋਂ ਘਰਦਿਆਂ ਨੂੰ ਪਤਾ ਲੱਗਦਾ ਹੈ ਤਾਂ ਇਸ ਦੌਰਾਨ ਕਾਫ਼ੀ ਜਿਹੜਾ ਉਹਨਾਂ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਜੇਕਰ ਹੰਗਾਮਾ ਵੀ ਕੀਤਾ ਜਾਂਦਾ ਅਤੇ ਨਾਲ ਦੇ ਨਾਲ ਰੋਸ ਵੀ ਉਹਨਾਂ ਦੇ ਵੱਲੋਂ ਪ੍ਰਗਟਾਇਆ ਜਾਂਦਾ ਕਿ ਆਖਿਰਕਾਰ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਉੱਤੇ ਕੋਈ ਵੱਡੀ ਕਾਰਵਾਈ ਕਿਉਂ ਨਹੀਂ ਕਰਦੀ। ਤਾਂ ਵੱਡਾ ਸਵਾਲ ਵੀ ਖੜ੍ਹਾ ਹੋ ਜਾਂਦਾ ਹੈ ਕਿ ਕਦੋਂ ਜਿਹੜਾ ਪੰਜਾਬ ਦੇ ਵਿੱਚੋਂ ਇਹ ਸਾਰੀਆਂ ਘਟਨਾਵਾਂ ਬੰਦ ਹੋਣਗੀਆਂ, ਕਦੋਂ ਲੁਟੇਰੇ ਜਾਂ ਚੋਰ ਜਿਹੜੇ ਨੇ ਪੂਰੀ ਤਰੀਕੇ ਦੇ ਨਾਲ ਕਾਬੂ ਕਰ ਲਏ ਜਾਣਗੇ, ਕਦੋਂ ਇਹਨਾਂ ਦੇ ਉੱਤੇ ਨੱਥ ਪਾਈ ਜਾਵੇਗੀ। ਤਾਂ ਅਜਿਹਾ ਹੀ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਕਿ ਦੁਕਾਨ ਦੇ ਵਿੱਚ ਮਹਿਲਾ ਗ੍ਰਾਹਕ ਹੁੰਦੀ ਹੈ, ਤਾਂ ਇਸ ਦੌਰਾਨ ਇਹ ਵੀ ਪਤਾ ਲੱਗਾ ਹੈ, ਜਾਣਕਾਰੀ ਇਹ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ, ਦੁਕਾਨਦਾਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਦੁਕਾਨ ਦੇ ਵਿੱਚ ਜ਼ਿਆਦਾ ਰੱਛ ਹੋਣ ਦੇ ਕਾਰਨ ਗ੍ਰਾਹਕ ਜ਼ਿਆਦਾ ਸੀਗੇ ਦੁਕਾਨ ਦੇ ਵਿੱਚ, ਤਾਂ ਇਸ ਦੌਰਾਨ ਉਹ ਨੌਜਵਾਨ ਜਿਹੜਾ ਆ ਦੁਕਾਨ ਦੇ ਅੰਦਰ ਦਾਖਲ ਹੋ ਜਾਂਦਾ ਹੈ, ਤਾਂ ਇਸ ਦੌਰਾਨ ਉਹ ਮਹਿਲਾ ਗ੍ਰਾਹਕ ਦਾ ਪਰਸ ਚੋਰੀ ਕਰਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਜਿਸ ਦੌਰਾਨ ਮਹਿਲਾ ਨੂੰ ਪਤਾ ਲੱਗਦਾ ਹੈ ਕਿ ਉਹਦਾ ਪਰਸ ਕਿਸੇ ਨੇ ਖੋਹ ਲਿਆ ਹੈ, ਕਿਸੇ ਨੇ ਚੋਰੀ ਕਰ ਲਿਆ, ਤਾਂ ਉਸ ਮਹਿਲਾ ਦੇ ਵੱਲੋਂ ਰੌਲਾ ਪਾਉਣਾ ਦੁਕਾਨ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਂਦਾ ਹੈ। ਤਾਂ ਇਸ ਦੌਰਾਨ ਦੁਕਾਨ ਦੇ ਅੰਦਰ ਜਿਹੜੇ ਖੜ੍ਹੇ ਲੋਕ ਸੀਗੇ, ਦੁਕਾਨ ਦੇ ਅੰਦਰ ਜੋ ਗ੍ਰਾਹਕ ਸੀਗੇ ਅਤੇ ਬਾਹਰ ਜੋ ਲੋਕ ਖੜ੍ਹੇ ਹੋਏ ਸੀਗੇ, ਤਾਂ ਉਹਨਾਂ ਦੇ ਵੱਲੋਂ ਉਸ ਭੱਜ ਰਹੇ ਲੁਟੇਰੇ ਨੂੰ ਕਾਬੂ ਕਰ ਲਿਆ ਜਾਂਦਾ। ਤਾਂ ਇਸ ਦੌਰਾਨ ਉਸ ਨੌਜਵਾਨ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਜਾਂਦੀ ਹੈ, ਤਾਂ ਲੋਕਾਂ ਦੇ ਵਿੱਚ ਵੀ ਕਾਫ਼ੀ ਰੋਸ ਦੇਖਣ ਨੂੰ ਮਿਲਿਆ ਸੀਗਾ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਫੁਟੇਜ ਜਿਹੜੀ ਕੈਦ ਹੋ ਚੁੱਕੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਲੁਟੇਰੇ ਦੇ ਵੱਲੋਂ ਉਸ ਮਹਿਲਾ ਦਾ ਪਰਸ ਖੋਇਆ ਜਾਂਦਾ ਹੈ, ਫਿਰ ਚੋਰੀ ਕਰ ਲਿਆ ਜਾਂਦਾ। ਤਾਂ ਚੋਰੀ ਕਰਕੇ ਉਹ ਲੁਟੇਰਾ ਜਿਹੜਾ ਫਰਾਰ ਹੋ ਜਾਂਦਾ ਹੈ, ਤਾਂ ਇਸ ਦੌਰਾਨ ਹੀ ਉਸਨੂੰ ਕਾਬੂ ਕਰ ਲਿਆ ਜਾਂਦਾ ਹੈ, ਕਾਬੂ ਕਰਕੇ ਉਸਦੀ ਚੰਗੀ ਛਿੱਤਰ ਪਰੇਡ ਕੀਤੀ ਜਾਂਦੀ ਹੈ। ਤਾਂ ਫਿਲਹਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੀ ਆ ਜਾਣਕਾਰੀ ਦਿੱਤੀ ਗਈ ਹੈ, ਉਹਨਾਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਲੇ ਸਾਡੇ ਕੋਲ ਜਿਹੜੀ ਆ ਪੂਰੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੀ ਜਿਹੜੀ ਆ ਇਸ ਮਾਮਲੇ ਨੂੰ ਲੈ ਕੇ ਟਾਲ ਮਟੋਲ ਕਰਦੀ ਹੋਈ ਨਜ਼ਰ ਆ ਰਹੀ ਹੈ, ਪਰ ਸਵਾਲ ਤਾਂ ਫਿਰ ਉੱਥੇ ਹੀ ਖੜ੍ਹਾ ਕਿ ਆਖਿਰਕਾਰ ਚੋਰੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਪੰਜਾਬ ਦੇ ਵਿੱਚੋਂ ਕਦੋਂ ਬੰਦ ਹੋਣਗੀਆਂ। ਅਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁੱਖ ਕਰਵਾ ਦਿੰਦੇ ਹਾਂ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਉਸਨੇ ਇਸ ਵਾਰਦਾਤ ਨੂੰ ਪੂਰੀ ਨੂੰ ਅੰਜਾਮ ਦਿੱਤਾ। ਇੱਥੇ ਇੱਕ ਦੁਕਾਨ 'ਤੇ ਮੁੰਡਾ ਆਇਆ ਨਸ਼ੇ ਦੇ ਹਾਲਤ ਵਿੱਚ, ਅਤੇ ਪਰਸ ਜਨਾਨੀ ਦਾ ਖੋਹ ਕੇ ਦੌੜਿਆ, ਅਤੇ ਲੋਕਾਂ ਨੇ ਫੜਿਆ, ਅਤੇ ਉਹਦੇ ਕੋਲ ਪਰਸ ਕਾਬੂ ਕੀਤਾ, ਅਤੇ ਜਨਾਨੀ ਨੂੰ ਫੜਾ ਦਿੱਤਾ, ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰਤਾ। ਹਾਂਜੀ, ਜਿਹੜਾ ਘੁਟਾਪਾ ਚਾੜਦੇ ਪਏ ਨੌਜਵਾਨ ਨੂੰ ਕੀ ਗੱਲ ਹੋਈ ਸੀ? ਉਹ ਪਰਸ ਜੀ ਇੱਕ ਦੁਕਾਨ 'ਤੇ ਆਇਆ ਨੌਜਵਾਨ ਮੁੰਡਾ ਸੀਗਾ, ਅਤੇ ਗਾਹਕ ਸਾਡੇ ਕੋਲ ਖਲੋਤੇ ਰਹਿ ਗਏ, ਅਤੇ ਉਹਨੂੰ ਪਰਸ ਖੋਹ ਕੇ ਨੱਸਣ ਦੀ ਕੋਸ਼ਿਸ਼ ਕੀਤੀ, ਪਰਸ ਖੋਹ ਲਿਆ ਸੀਗਾ, ਅਤੇ ਉਹ ਮਗਰ ਜਾ ਕੇ ਅਸੀਂ ਲੋਕਾਂ ਨੇ ਉਹਨੂੰ ਫੜ ਕੇ ਅਤੇ ਪੁਲਿਸ ਦੇ ਹਵਾਲੇ ਕਰਤਾ। 21 ਸਾਲਾਂ ਵਿੱਚ ਲੱਖਾਂ ਲੋਕਾਂ ਦਾ ਕੰਮ ਕਰਨ ਵਾਲੇ ਤਜਰਬੇਕਾਰ ਤੰਤਰ ਮੰਤਰ ਦੇ ਸਮਰਾਟ ਗੁਰੂ ਰਵੀਕਾਂਤ ਸ਼ਾਸਤਰੀ ਸਿਰਫ 5 ਘੰਟਿਆਂ ਵਿੱਚ ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ। ਹੁਣੇ ਫੋਨ ਚੱਕੋ ਅਤੇ ਕਾਲ ਕਰੋ 9800990485 ਸਪੈਸ਼ਲਿਸਟ ਵਸ਼ੀਕਰਨ ਮੁੱਠੀਕਰਨ ਲਵ ਮੈਰਿਜ ਅਤੇ ਲਾਟੋ ਲਾਟਰੀ। ਹਰ ਪਾਸਿਓਂ ਨਿਰਾਸ਼ ਹੋ ਇੱਕ ਵਾਰ ਜ਼ਰੂਰ ਕਾਲ ਕਰੋ। ਲਵ ਮੈਰਿਜ, ਘਰ ਕਲੇਸ਼, ਕਾਰੋਬਾਰ, ਘਰ ਦੀ ਸ਼ਾਂਤੀ ਅਤੇ ਨੌਕਰੀ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਹਰ ਕੰਮ ਗਰੰਟੀ ਨਾਲ ਕਰਾਂਗੇ। ਸਭ ਤੋਂ ਪਹਿਲਾਂ ਕੰਮ ਕਰਨ ਦਾ ਪੱਕਾ ਵਾਅਦਾ। ਜਦ ਹੈ ਸਮਾਧਾਨ ਤਾਂ ਫਿਰ ਕਿਉਂ ਪਰੇਸ਼ਾਨ? ਘਰ ਬੈਠੇ ਸ਼ਕਤੀਆਂ ਦੁਆਰਾ ਹਰ ਸਮੱਸਿਆ ਦਾ ਸਮਾਧਾਨ 101% ਗਰੰਟਿਡ ਕਰਵਾਓ।